ਸੋ ਮੈਨੂੰ ਲੱਗਦਾ ਕਿ ਸੋਹਣਾ ਜਿਹੜੀਆਂ ਸੀਟਸ, ਜਿਵੇਂ ਮੈਂ ਪਹਿਲਾਂ ਕਹਿੰਦਾ ਸੀ ਲਾਰਜ ਨੰਬਰ ਜਿਹੜਾ ਹੋਊਗਾ ਕਾਂਗਰਸ ਪਾਰਟੀ ਦਾ ਹੋਊਗਾ, ਅੱਜ ਵੀ ਮੈਂ ਉਹ ਕਹਿੰਦਾ। ਮੈਂ ਹੁਣ 13-0-0-13 ਫਲਾਂ ਗੱਲ ਕਹੂੰ ਵੀ ਕਹਿੰਦਾ ਕਿ ਵੋਟ ਪਰਸੈਂਟੇਜ ਵੀ ਸਾਡਾ ਸਭ ਤੋਂ ਟੋਪ 'ਤੇ ਹੋਊਗਾ ਔਰ ਸੀਟਾਂ ਵੀ ਕਾਂਗਰਸ ਪਾਰਟੀ ਨੂੰ ਸਭ ਤੋਂ ਵੱਧ ਆਉਣਗੀਆਂ। ਸੋ ਮੈਂ ਤਾਂ ਕਹਿ ਰਿਹਾ ਕਿ ਸੱਚੇ ਪਾਤਸ਼ਾਹ ਬਹੁਤ ਅਪਾਰ ਕਿਰਪਾ ਕਰਨਗੇ। ਪਹਿਲੇ ਦਿਨ ਤੋਂ ਮੈਂ ਇਹ ਗੱਲ ਕਹਿ ਰਿਹਾ ਕਿ ਬਹੁਤ ਅਪਾਰ ਕਿਰਪਾ ਹੋਣ ਵਾਲੀ ਹੈ। ਆਈ ਥਿੰਕ ਅਸੀਂ ਥਰੂ ਕਰਾਂਗੇ ਸੀਟ। ਪ੍ਰਧਾਨ ਮੰਤਰੀ ਕੁਛ ਡਿਲੀਵਰ ਨਹੀਂ ਕਰ ਪਾਏ ਦੇਸ਼ ਦੇ। ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਕੇਵਲ ਧਰਮ ਦੇ ਨਾਂ 'ਤੇ ਰਾਜਨੀਤੀ ਕੀਤੀ, ਹਿੰਦੂ ਮੁਸਲਿਮ ਕੀਤਾ, ਇਸ ਤੋਂ ਵੱਧ ਹੋਰ ਕੁਛ ਉਹ ਡਿਲੀਵਰ ਨਹੀਂ ਕਰ ਪਾਏ। ਡਿਨਰ ਕਿਉਂ, 50 ਡਿਨਰ ਕਰਾਵਾਂਗੇ, ਡਿਨਰ ਤਾਂ ਬਹੁਤ ਛੋਟੀ ਗੱਲ ਹੈ। ਪਰ ਨਾਰਾਜ਼ ਨਹੀਂ ਹੁੰਦੇ ਅਸੀਂ ਕਦੇ, ਥੋੜ੍ਹਾ ਮੋਟਾ ਆਪਸ ਵਿੱਚ ਉਹ ਤਾਂ ਹਰ ਪਰਿਵਾਰ 'ਚ ਰਹਿੰਦਾ, ਕਦੇ ਨਾ ਕਦੇ ਹੋ ਜਾਂਦਾ, ਅਦਰਵਾਈਜ਼ ਬਿਲਕੁਲ ਕੋਈ ਨਾਰਾਜ਼ ਨਹੀਂ। 2 ਮਹੀਨੇ ਲਗਾਤਾਰ ਪੂਰੀ ਕਸ਼ਮਕਸ਼ ਕੀਤੀ, ਅੱਜ ਥੋੜ੍ਹਾ ਰਿਲੈਕਸ ਨਜ਼ਰ ਆ ਰਹੇ ਹੋ। ਹਾਂ, ਅੱਜ ਵੀ ਲੋਕਾਂ ਦੇ, ਲੁਧਿਆਣਾ ਹੀ ਹੈ ਮੈਂ, ਲੋਕਾਂ ਦਾ ਧੰਨਵਾਦ ਕਰਦਾ ਜਿਹਨਾਂ ਲੋਕਾਂ ਨੇ ਵੋਟਾਂ ਪਾਈਆਂ। ਕੁਛ ਵਿਰੋਧੀ ਕਹਿ ਰਹੇ ਸੀ ਰਾਜਾ ਵੜਿੰਗੇ 1 ਤਰੀਕ ਤੋਂ ਬਾਅਦ ਦਿਖਣਗੇ ਨਹੀਂ ਲੁਧਿਆਣੇ 'ਚ। ਸੋ ਜਿਹੜੇ ਸਾਡੇ ਮੇਨ ਲੀਡਰਸ ਹੈ, ਉਸ ਤੋਂ ਬਾਅਦ ਹੌਲੀ ਹੌਲੀ ਛੋਟੇ ਲੀਡਰਸ ਤਮਾਮ ਲੋਕਾਂ ਕੋਲ ਜਾਵਾਂਗੇ, ਪਿੰਡਾਂ 'ਚ ਵੀ ਜਾਵਾਂਗੇ। ਸੋ ਉਹਨਾਂ ਦਾ ਧੰਨਵਾਦ ਕਰ ਰਹੇ ਹਾਂ। ਲੁਧਿਆਣੇ ਦੇ ਨਾਲ ਨਾਲ ਤੁਹਾਡੀ ਪ੍ਰਧਾਨਗੀ ਦਾ ਵੀ ਇਮਤਿਹਾਨ ਸੀਗਾ, ਕਿਉਂਕਿ ਐਜ਼ ਏ ਪ੍ਰਧਾਨ ਇੱਕ ਵੱਡਾ ਮੌਕਾ ਤੁਹਾਡੇ ਲਈ ਸੀਗਾ। ਕਿੰਨੀਆਂ ਸੀਟਾਂ ਤੁਹਾਨੂੰ ਲੱਗ ਰਹੀਆਂ ਹੁਣ, ਸਾਰੀ ਕੈਲਕੂਲੇਸ਼ਨ ਕਰਕੇ ਬੈਠੇ ਹੋਵੋਗੇ, ਪੰਜਾਬ 'ਚ ਕਿੰਨੀਆਂ ਸੀਟਾਂ ਕਾਂਗਰਸ ਦੀਆਂ ਲੱਗ ਰਹੀਆਂ? ਪੰਕਜ, ਇਮਤਿਹਾਨ ਤਾਂ ਹਰ ਰੋਜ਼ ਹੁੰਦਾ, ਹਰ ਵਿਅਕਤੀ ਦਾ ਡੇਲੀ, ਚਾਹੇ ਉਹ ਘਰ ਦੇ ਕੰਮਾਂ 'ਚ ਹੋਵੇ ਅਤੇ ਚਾਹੇ ਵੈਸੇ ਪੋਲੀਟਿਕਸ 'ਚ, ਇਮਤਿਹਾਨ ਤੁਹਾਨੂੰ ਹਰ ਰੋਜ਼ ਦੇਣੇ ਪੈਂਦੇ। ਸੋ ਮੈਨੂੰ ਲੱਗਦਾ ਕਿ ਸੋਹਣਾ ਜਿਹੜੀਆਂ ਸੀਟਸ, ਜਿਵੇਂ ਮੈਂ ਪਹਿਲਾਂ ਕਹਿੰਦਾ ਸੀ ਲਾਰਜ ਨੰਬਰ ਜਿਹੜਾ ਹੋਊਗਾ ਕਾਂਗਰਸ ਪਾਰਟੀ ਦਾ ਹੋਊਗਾ, ਅੱਜ ਵੀ ਮੈਂ ਉਹ ਕਹਿੰਦਾ। ਮੈਂ ਹੁਣ 13-0-0-13 ਫਲਾਂ ਗੱਲ ਕਹੂੰ ਵੀ ਕਹਿੰਦਾ ਕਿ ਵੋਟ ਪਰਸੈਂਟੇਜ ਵੀ ਸਾਡਾ ਸਭ ਤੋਂ ਟੋਪ 'ਤੇ ਹੋਊਗਾ ਔਰ ਸੀਟਾਂ ਵੀ ਕਾਂਗਰਸ ਪਾਰਟੀ ਨੂੰ ਸਭ ਤੋਂ ਵੱਧ ਆਉਣਗੀਆਂ। ਵੱਖ ਵੱਖ ਸਰਵੇ ਆਏ, ਕਈ ਸਾਰੇ ਚੈਨਲ ਦਿਖਾ ਰਹੇ ਨੇ, ਤੁਹਾਨੂੰ ਕੀ ਲੱਗਦਾ ਕਿ 13 'ਚੋਂ ਕਿੰਨੀਆਂ ਸੀਟਾਂ ਕਾਂਗਰਸ ਜਿਹੜੀ ਹੈ ਉਹ ਜਿੱਤ ਸਕਦੀ? ਨਹੀਂ, ਟੂ ਬੀ ਵੈਰੀ ਓਨੈਸਟ, ਮੈਂ ਪਹਿਲਾਂ ਵੀ ਕਿਹਾ ਸੀ ਤੁਹਾਨੂੰ ਵੀ ਅੰਕੜੇ ਦੇਣ 'ਚ ਮੈਂ ਵਿਸ਼ਵਾਸ ਨਹੀਂ ਰੱਖਦਾ ਕਿ ਇਹ ਨਹੀਂ ਹੁੰਦਾ ਕੋਈ ਇਸ ਤਰ੍ਹਾਂ ਤੁਸੀਂ 2 ਹੋਰ ਐਡ ਕਰ ਲੈਂਦੇ ਹੋ ਸੀਟਸ। ਸੋ ਸਮੀਕਰਨ ਜਿਹੜੇ ਹੈ ਅੱਜ ਪੰਜਾਬ ਦੇ ਹਾਲਾਤ ਜਿੱਥੇ ਹੋਏ ਆ, ਕਾਂਗਰਸ ਦਾ ਕੇਡਰ ਅਗਰ ਕਾਂਗਰਸ ਨੂੰ ਪੈ ਗਿਆ, ਜਿਹੜਾ ਕਿ ਮੈਨੂੰ ਲੱਗਦਾ ਕਿ ਪੈ ਗਿਆ, ਤਾਂ ਬਹੁਤ ਸਾਰੀ ਵੱਡੀ ਜਿੱਤ ਹੋਣ ਵਾਲੀ ਹੈ। ਕੁਝ ਵੀ ਹੋ ਸਕਦਾ, ਬਹੁਤ ਐਸੇ ਨੰਬਰ ਵੀ ਆ ਸਕਦੇ ਕਿ ਜਿਨ੍ਹਾਂ ਦੇ ਨਾਲ ਲੋਕਾਂ ਨੂੰ ਹੈਰਾਨੀਜਨਕ ਹੋਣ। 2019 'ਚ 8 ਦਾ ਅੰਕੜਾ ਆਇਆ ਸੀ, ਇਸ ਵਾਰ 8 ਪਾਰ ਕਰੇਗਾ ਜਾਂ 8? ਆਈ ਥਿੰਕ, ਮੈਨੂੰ ਲੱਗਦਾ ਕਿ ਸਾਨੂੰ ਕ੍ਰੋਸ ਕਰਨਾ ਚਾਹੀਦਾ 8, ਵਾਹਿਗੁਰੂ ਦੀ ਕਿਰਪਾ। ਲੁਧਿਆਣੇ, ਕਿਉਂਕਿ ਬਹੁਤ ਜ਼ੋਰ ਲਗਾਇਆ ਤੁਸੀਂ, ਲੁਧਿਆਣਾ ਸਭ ਤੋਂ ਇੰਟਰਸਟਿੰਗ ਸੀਟ ਸੀਗੀ, ਲੁਧਿਆਣੇ ਇਸ ਵੇਲੇ ਤੁਹਾਡੀ ਰਿਪੋਰਟ ਕੀ ਕਹਿ ਰਹੀ ਹੈ? ਸੋ ਮੈਂ ਤਾਂ ਕਹਿ ਰਿਹਾ ਕਿ ਸੱਚੇ ਪਾਤਸ਼ਾਹ ਬਹੁਤ ਅਪਾਰ ਕਿਰਪਾ ਕਰਨਗੇ। ਪਹਿਲੇ ਦਿਨ ਤੋਂ ਮੈਂ ਇਹ ਗੱਲ ਕਹਿ ਰਿਹਾ ਕਿ ਬਹੁਤ ਅਪਾਰ ਕਿਰਪਾ ਹੋਣ ਵਾਲੀ ਹੈ ਔਰ ਆਈ ਥਿੰਕ ਅਸੀਂ ਥਰੂ ਕਰਾਂਗੇ ਸੀਟ। ਰਾਮ ਮੰਦਰ ਲੁਧਿਆਣੇ ਫੈਕਟਰ ਰਿਹਾ, ਬਹੁਤ ਕੋਸ਼ਿਸ਼ ਕੀਤੀ ਰਾਮ ਮੰਦਰ ਦੇ ਫੈਕਟਰ ਦੀ, ਅਖੀਰ 'ਤੇ ਝੰਡੇ ਲਾਏ, ਪ੍ਰਸ਼ਾਦ ਲੋਕਾਂ ਨੂੰ ਵੰਡਿਆ, ਲੋਕਾਂ ਨੂੰ ਗੁੰਮਰਾਹ ਕੀਤਾ ਰਾਮ ਮੰਦਰ ਦੇ ਨਾਮ 'ਤੇ। ਅਖੀਰ 'ਤੇ ਤਾਂ ਇਹ ਹੋ ਗਿਆ, ਜੈ ਸ਼੍ਰੀ ਰਾਮ ਦਾ ਕੇਵਲ ਨਾਰਾ ਹੀ ਚਲਾਤਾ। ਹੋ ਸਕਦਾ ਥੋੜ੍ਹਾ ਮੋਟਾ ਹੋਵੇ, ਬਟ ਅਗਰ ਤਾਂ ਲੋਕਾਂ ਨੇ ਸਮਝਦਾਰੀ ਨਾਲ ਵੋਟ ਪਾਈ ਹੋਈ, ਜਿਹੜਾ ਕਿ ਮੈਨੂੰ ਲੱਗਦਾ ਲੁਧਿਆਣਾ ਦੇ ਲੋਕਾਂ ਨੇ ਸਮਝਦਾਰੀ ਨਾਲ ਵੋਟ ਪਾਈ ਹੋਈ, ਆਈ ਡੋਂਟ ਥਿੰਕ ਸੋ ਫਿਰ ਕੋਈ ਐਸਾ ਇਫੈਕਟ ਹੋਇਆ ਹੋਊਗਾ। ਦੇਸ਼ 'ਚ ਜਿਹੜੇ ਅੰਕੜੇ ਸਾਹਮਣੇ, ਵੱਖ ਵੱਖ ਸਰਵੇ ਦੇ ਆ ਰਹੇ, ਐਗਜ਼ਿਟ ਪੋਲ ਆ ਰਹੇ ਆ, ਕਹਿ ਰਹੇ ਨੇ ਕਿ NDA ਇੱਕ ਵਾਰ ਫਿਰ ਸਰਕਾਰ ਬਣਾ ਰਹੀ ਹੈ, ਤੁਹਾਡੀ ਗੱਲਬਾਤ ਇੰਡੀਆ ਅਲਾਇੰਸ ਰਾਹੁਲ ਗਾਂਧੀ ਹੋਰਾਂ ਨਾਲ, ਖੜਗੇ ਸਾਹਿਬ ਨਾਲ ਹੋਈ ਹੋਣੀ, ਉਹ ਆਪਣਾ ਦਾਅਵਾ ਕਰ ਰਹੇ ਆ। ਕੱਲ੍ਹ ਰਾਹੁਲ ਗਾਂਧੀ ਕਹਿ ਰਹੇ ਸੀ ਕਿ ਤੁਸੀਂ 295 ਸਿੱਧੂ ਮੂਸੇਵਾਲੇ ਦਾ ਗਾਣਾ ਸੁਣਿਆ ਹੋਣਾ, ਉਨੀਆਂ ਸੀਟਾਂ ਆ ਰਹੀਆਂ ਨੇ। ਸੋ
ਵਾਹਿਗੁਰੂ ਕਿਰਪਾ ਕਰਨ। ਇੰਡੀਆ ਸ਼ਾਈਨਿੰਗ 'ਚ ਵੀ ਬੜੀ ਵੱਡੀ ਗੱਲ ਸੀ ਵਾਜਪਾਈ ਜੀ ਦੀ ਉਸ ਸਰਕਾਰ ਵੇਲੇ, ਲੇਕਿਨ ਸਾਨੂੰ ਸਰਕਾਰ ਬਣੀ ਸੀ UPA ਜਦੋਂ 1 IC ਮਨਮੋਹਨ ਸਿੰਘ ਜੀ ਬਣੇ ਸੀ। ਹੁਣ ਵੀ ਮੈਨੂੰ ਇਸ ਤਰ੍ਹਾਂ ਦਾ ਜਿਹੜੇ ਲੋਕਾਂ ਦਾ ਉਤਸ਼ਾਹ ਸੀਗਾ, ਕਿਉਂਕਿ ਪ੍ਰਧਾਨ ਮੰਤਰੀ ਕੁਛ ਡਿਲੀਵਰ ਨਹੀਂ ਕਰ ਪਾਏ। ਦੇਸ਼ ਦੇ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਕੇਵਲ ਧਰਮ ਦੇ ਨਾਂ 'ਤੇ ਰਾਜਨੀਤੀ ਕੀਤੀ, ਹਿੰਦੂ ਮੁਸਲਿਮ ਕੀਤਾ, ਇਸ ਤੋਂ ਵੱਧ ਹੋਰ ਕੁਝ ਉਹ ਡਿਲੀਵਰ ਨਹੀਂ ਕਰ ਪਾਏ। ਔਰ ਮੈਨੂੰ ਲੱਗਦਾ ਲੋਕਾਂ ਦੇ ਮਨ ਦੇ ਵਿੱਚ ਇਹ ਸੀਗੀ ਕਿ ਦੇ ਫੀਲ ਕਿ ਅਸੀਂ ਇਨਸਕਿਓਰ ਹੈਗੇ ਹਾਂ ਹੁਣ ਦੇਸ਼ ਦੇ ਅੰਦਰ, ਤਾਂ ਲੋਕਾਂ ਨੂੰ ਇਹ ਡਰ ਹੈ ਕਿ ਕੋਨਸਟੀਟਿਊਸ਼ਨ ਸਾਡਾ ਤੋੜ ਦਿੱਤਾ ਜਾਵੇ। ਸੋ ਫੀਲਿੰਗ ਤਾਂ ਸੀਗੀ, ਹੁਣ ਲੈਟਸ ਸੀ ਕੀ ਹੁੰਦਾ ਹੈ। ਕੋਈ ਆਂਕੜਾ ਹੈ ਕਿ ਇੰਡੀਆ ਅਲਾਇੰਸ ਦਾ ਕੋਈ ਆਂਕੜਾ? ਮੇਰੇ ਕੋਲ ਤਾਂ ਆਂਕੜਾ ਪੰਜਾਬ ਦਾ ਨਹੀਂ ਹੈ, ਹੋਕੇ ਨਹੀਂ ਸੀ ਕਿ ਇੰਡੀਆ ਦਾ ਹੈਗਾ। ਬਾਕੀ ਜੋ ਲੋਕ ਕਰਨਗੇ ਚੰਗਾ ਕਰਨਗੇ, ਬਟ ਹਾਂ ਬਹੁਤ ਜਗ੍ਹਾ 'ਤੇ ਬਹੁਤ ਸਾਰਾ ਪੱਖਪਾਤ ਪੂਰੇ ਦੇਸ਼ ਦੇ ਅੰਦਰ ਇਲੈਕਸ਼ਨ ਕਮਿਸ਼ਨ ਦੇ ਰਾਹੀਂ ਇੱਧਰ ਉੱਧਰ ਹੋਇਆ ਹੈ, ਦੈਟਸ ਟਰੂ, ਕਿਉਂਕਿ ਸਾਰੇ ਇੰਸਟੀਟਿਊਸ਼ਨ 'ਤੇ BJP ਨੇ ਕਬਜ਼ਾ ਕਰ ਲਿਆ। ਸੋ ਕਦੋਂ ਛੁੱਟਦਾ ਉਹ? ਸੱਚੇ ਪਾਤਸ਼ਾਹ ਕਿਰਪਾ ਕਰਨ, ਸ਼ਾਇਦ ਐਤਕੀ ਛੁਟਕਾਰਾ ਮਿਲ ਜਾਏ। ਤੁਹਾਡੀ ਪਤਨੀ ਨੇ ਬਹੁਤ ਜ਼ੋਰ ਲਗਾਇਆ, ਪੂਰੀ ਵਾਹ ਲਗਾ ਦਿੱਤੀ। ਮੈਂ ਉਹਨਾਂ ਦਾ ਇੰਟਰਵਿਊ ਕੀਤਾ, ਥੋੜ੍ਹੀ ਜਿਹੀ ਨਾਰਾਜ਼ ਸੀਗੇ ਜਦੋਂ ਉਹਨਾਂ ਨੂੰ ਟਿਕਟ ਨਹੀਂ ਮਿਲੀ। ਉਹ ਕਹਿੰਦੇ ਕਿ ਮੈਂ ਚਾਹਾਂਗੇ ਕਿ ਰਾਜਾ ਵੜਿੰਗ ਮੈਨੂੰ ਇੱਕ ਡਿਨਰ ਚੰਗਾ ਇੱਕ ਲੈ ਕੇ ਜਾਣ। ਹੁਣ ਤੁਸੀਂ ਫ੍ਰੀ ਹੋਏ ਕਿ ਕਿਉਂਕਿ ਘਰੇ ਤਾਂ ਡਿਨਰ ਹੋ ਜਾਂਦਾ, ਲੇਕਿਨ ਹੁਣ ਰਿਲੈਕਸ ਹੋ, ਲੈ ਕੇ ਜਾਓਗੇ ਕੱਲ੍ਹ ਪਰਸੋਂ ਕਿਤੇ ਚੰਗੀ ਥਾਂ 'ਤੇ ਲੈ ਕੇ ਜਾਓ। ਇੱਕ ਡਿਨਰ ਕਿਉਂ, 50 ਡਿਨਰ ਕਰਾਵਾਂਗੇ। ਡਿਨਰ ਤਾਂ ਬਹੁਤ ਛੋਟੀ ਗੱਲ ਹੈ। ਸੋ ਪਰ ਨਾਰਾਜ਼ ਨਹੀਂ ਹੁੰਦੇ ਅਸੀਂ ਕਦੇ, ਥੋੜ੍ਹਾ ਮੋਟਾ ਆਪਸ ਵਿੱਚ, ਉਹ ਤਾਂ ਹਰ ਪਰਿਵਾਰ 'ਚ ਰਹਿੰਦਾ, ਕਦੇ ਨਾ ਕਦੇ ਹੋ ਜਾਂਦਾ, ਅਦਰਵਾਈਜ਼ ਬਿਲਕੁਲ ਕੋਈ ਨਾਰਾਜ਼ ਨਹੀਂ। ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ, ਕਈ ਵਾਰ ਉਹਨਾਂ ਦਾ ਵੀ ਮਨ ਹੁੰਦਾ ਡਿਨਰ 'ਚ ਵੀ ਕੋਈ ਦੋ ਰਾਇ ਨਹੀਂ। ਹਾਂ, ਮੋਢਾ ਲਾ ਕੇ ਮੇਰੇ ਨਾਲ ਵੱਧ ਉਹਨਾਂ ਨੇ ਕੰਮ ਕੀਤਾ, ਔਰ ਮੇਰੇ ਨਾਲ ਵੱਧ ਉਹਨਾਂ ਦੀ ਲੋਕਾਂ ਦੇ ਵਿੱਚ ਚਾਹਤ ਅਤੇ ਖਿੱਚ ਸੀਗੀ। ਲਾਸਟ, ਰਵਨੀਤ ਬਿੱਟੂ ਹੋਰਾਂ ਨੂੰ ਕੁਛ ਕਹਿਣਾ ਚਾਹੋਗੇ, ਦੇਖ ਰਹੇ ਹੋਣੇ? ਬਸ ਮੈਂ ਇਹੀ ਕਹਿਣਾ ਚਾਹਾਂਗਾ ਕਿ ਹੁਣ ਬਿੱਟੂ ਜੀ ਬਹੁਤ ਸੁਲਝੇ, 3 ਵਾਰੀ ਤੁਸੀਂ ਮੈਂਬਰ ਆਫ ਪਾਰਲੀਮੈਂਟ ਰਹਿ ਗਏ ਹੋ, ਜਿਹੜੀ ਆ ਛੋਟੇ ਲੈਵਲ ਦੀ ਪੋਲੀਟਿਕਸ ਕਰਦੇ ਹੋ ਕਿ ਫਲਾਮ ਬਲੇਮ ਗੇਮ, ਉੱਧਰ ਉੱਧਰ ਗੱਲ ਕਰਤਾ। ਸੋ ਇਹ ਗੁਰੇਜ਼ ਕਰਨਾ ਚਾਹੀਦਾ। ਆਈ ਟਰਾਈ ਟੂ ਮੈਂਟੇਨ ਦ ਡੈਕੋਰਮ ਕਿ ਸਾਨੂੰ ਕਿਸੇ ਨੂੰ ਹਿੱਟ ਨਹੀਂ ਕਰਨਾ ਚਾਹੀਦਾ ਵਿਦਾਊਟ ਐਨੀ ਰੀਜ਼ਨ, ਜਿਹੜਾ ਬਿਲੋ ਦਾ ਬੈਲਟ ਹਿੱਟ ਕਰਦੇ ਹਾਂ। ਰਾਜਨੀਤਿਕ ਤੌਰ 'ਤੇ ਸਾਨੂੰ ਲੜਾਈ ਲੜਨੀ ਚਾਹੀਦੀ ਹੈ ਇੱਕ ਦੂਜੇ ਦੇ ਖਿਲਾਫ, ਗੱਲਬਾਤ ਕਰਨੀ ਚਾਹੀਦੀ ਹੈ, ਮੁੱਦਿਆਂ 'ਤੇ ਸਾਡੇ ਉਹ ਹੋਣੇ ਚਾਹੀਦੇ ਹੈ ਮਤਭੇਦ, ਨਾਟ ਕਿ ਤੁਸੀਂ ਕਿਸੇ ਨੂੰ ਪਰਸਨਲ ਹਿੱਟ ਕਰੋ। ਜਦੋਂ ਤੁਸੀਂ ਪਰਸਨਲ ਹਿੱਟ ਕਰਦੇ ਹੋ ਉਹ ਗੱਲ ਬਹੁਤ ਹੀ ਚੰਗੀ ਨਹੀਂ ਲੱਗਦੀ। ਅੱਛਾ ਲਾਸਟ, ਕਿਉਂਕਿ ਪਹਿਲਾਂ ਵੀ ਮੈਂ ਕਿਹਾ ਸੀ, ਲੇਕਿਨ ਹੁਣ ਹਾਰੋ ਜਾਂ ਜਿੱਤੋ ਕੱਲ੍ਹ ਲੋਕਾਂ ਨੇ ਫਤਵਾ ਜਾਰੀ ਕਰਨਾ, ਲੁਧਿਆਣਾ ਰਹੋਗੇ, ਲੁਧਿਆਣਾ ਛੱਡੋਗੇ ਤਾਂ ਨਹੀਂ? ਤੁਹਾਡੇ ਸਾਹਮਣੇ ਲੁਧਿਆਣਾ ਹੀ ਬੈਠਾ, ਕਿਉਂਕਿ ਵਿਰੋਧੀਆਂ ਨੇ ਬਹੁਤ ਬਾਰੀ ਬਾਰੀ ਕਿਹਾ। ਲੋਕਾਂ ਨੇ ਤਾਂ ਹਰ ਚੀਜ਼, ਵਿਅਕਤੀ ਨੇ ਕੋਈ ਨਾ ਕੋਈ ਇਹ ਬਣਾ ਕੇ ਛੱਡ ਦੇਣਾ ਕੰਮ। ਬਹੁਤ ਸਾਰੀਆਂ ਜ਼ਿੰਮੇਦਾਰੀਆਂ, ਹਜੇ ਮੈਂ ਕਾਂਗਰਸ ਪਾਰਟੀ ਦਾ ਪ੍ਰਧਾਨ ਹੈ, ਲੁਧਿਆਣਾ ਦੀ ਵੀ ਜ਼ਿੰਮੇਦਾਰੀ ਹੈ, ਪੰਜਾਬ ਦੀ ਵੀ ਜ਼ਿੰਮੇਦਾਰੀ ਹੈ, ਗਿੱਦੜਬਾਹ ਦੀ ਵੀ ਜ਼ਿੰਮੇਦਾਰੀ ਹੈ। ਸੋ ਇਹ ਸਾਰੀਆਂ ਜ਼ਿੰਮੇਦਾਰੀਆਂ ਮੈਂ ਬੇਖੂਬੀ ਨਾਲ ਨਿਭਾਉਣ ਜਾਂਦਾ ਔਰ ਮੈਂ ਨਿਭਾਵਾਂਗਾ।